ਜ਼ਿਲ੍ਹਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਵਿਖੇ ਦੋ ਲੁਟੇਰੇ ਇੱਕ ਇਕੱਲੀ ਵਿਧਵਾ ਮਹਿਲਾ ਨੂੰ ਬੰਧਕ ਬਣਾਉਣ ਤੋਂ ਬਾਅਦ ਸੋਨਾ ਲੁੱਟ ਕੇ ਫਰਾਰ ਹੋ ਗਏ। ਲੁੱਟ ਦਾ ਸ਼ਿਕਾਰ ਹੋਈ ਜਸਵੀਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਅਤੇ ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਬੀਤੇ ਦਿਨ ਜਦ ਉਹ ਘਰ ਵਿੱਚ ਬੈਠੀ ਸੀ ਤਦ ਅਣਪਛਾਤੇ ਲੁਟੇਰੇ ਘਰ ਅੰਦਰ ਦਾਖਲ ਹੋਣ ਤੋਂ ਬਾਅਦ ਉਸ ਨੂੰ ਬੰਧਕ ਬਣਾ ਕੇ ਉਸ ਦੀਆਂ ਸੋਨੇ ਦੀਆਂ ਬਾਲੀਆਂ, ਸੋਨੇ ਦੀ ਅੰਗੂਠੀ ਅਤੇ ਝਾਂਜਰਾਂ ਦੇ ਜੋੜੇ ਲੈ ਕੇ ਫਰਾਰ ਹੋ ਗਏ। ਲੁਟੇਰਿਆਂ ਦੀ ਵੀਡੀਓ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਇਸ ਸੰਬੰਧੀ ਥਾਣਾ ਮੁਖੀ ਸੁਲਤਾਨਪੁਰ ਲੋਧੀ ਸਰਬਜੀਤ ਸਿੰਘ ਨੇ ਦੱਸਿਆ ਕਿ ਲੁਟੇਰਿਆਂ ਦੀ ਪਹਿਚਾਣ ਹੋ ਚੁੱਕੀ ਹੈ ਤੇ ਉਹਨਾਂ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਕਿਆ ਆਂਟੀ, ਮੈਂ ਨਾ ਗੁਰਦੁਆਰੇ ਆ ਕੇ ਤੇ ਬਾਹਰ ਬੈਠੀ ਸੀਗੀ ਤੇ ਦੋ ਬੰਦੇ ਆਏ ਤੇ ਕਹਿਣ ਲੱਗ ਪਏ ਵੀ ਤੁਸੀਂ, ਮੈਂ ਤੁਹਾਡੇ ਨਾਲ ਗੱਲ ਕਰਨੀ ਆ। ਮੈਂ ਕਿਹਾ ਦੱਸੋ, ਕਹਿੰਦੇ ਦੱਸਦੇ ਹਾਂ। ਉਸੇ ਵੇਲੇ ਉਹਨਾਂ ਨੇ ਉਹ ਗਤਰਾ ਜਿਹਾ ਕੱਢ ਲਿਆ, ਕੱਢ ਕੇ ਮੇਰੇ ਤੋਂ ਹੁੰਦੇ ਰੱਖਤਾ। ਕਹਿੰਦਾ ਜੇ ਰੌਲਾ ਪਾਇਆ ਤਾਂ ਤੈਨੂੰ ਅਸੀਂ ਮਾਰ ਦਿਆਂਗੇ, ਅਤੇ ਬਾਹੋਂ ਫੜ ਕੇ ਮੈਨੂੰ ਦੂਸਰੇ ਅੰਦਰਲੇ ਕਮਰੇ 'ਚ ਲੈ ਆਏ ਆ। ਉੱਥੇ ਬਿਠਾ ਕੇ ਮੇਰੇ ਹੱਥ ਬੰਨ੍ਹ ਦਿੱਤੇ, ਮੇਰਾ ਮੂੰਹ ਬੰਨ੍ਹ ਦਿੱਤਾ ਅਤੇ ਮੇਰੀਆਂ ਚੀਜ਼ਾਂ ਲੈ ਕੇ ਅਤੇ ਬਾਹਰ ਕੁੰਡੀ ਲਾ ਕੇ ਚਲੇ ਗਏ। ਕੀ ਸਮਾਨ ਲੈ ਕੇ ਗਏ? ਮੇਰੀਆਂ ਦੋ ਜੋੜੇ ਵਾਲੀਆਂ ਸੀਗੀਆਂ, ਇੱਕ ਮੁੰਦਰੀ ਸੀਗੀ, ਪੈਰਾਂ ਦੀਆਂ ਝਾਂਜਰਾਂ ਸੀਗੀਆਂ। ਅਤੇ ਹੁਣ ਤੁਸੀਂ ਪ੍ਰਸ਼ਾਸਨ ਨੂੰ ਲਿਖਤੀ ਕੋਈ ਸ਼ਿਕਾਇਤ ਦਿੱਤੀ ਹੈ? ਮੈਂ ਕਹਿੰਦੀ ਹਾਂ ਮੇਰੇ ਨਾਲ ਨਿਆਂ ਹੋਣਾ ਚਾਹੀਦਾ, ਨਾ ਮੇਰੇ ਬੱਚੇ, ਨਾ ਮੇਰਾ ਘਰ। ਸ਼ਿਕਾਇਤ ਦਿੱਤੀ ਤੁਸੀਂ ਪੁਲਿਸ ਨੂੰ? ਕੋਈ ਨਹੀਂ, ਹਾਂਜੀ। ਅਤੇ ਮੌਕੇ 'ਤੇ ਕੋਈ ਪੁਲਿਸ ਅਧਿਕਾਰੀ ਪਹੁੰਚਿਆ? ਹਾਂਜੀ, ਪਹੁੰਚੇ ਸੀਗੇ, ਆਏ ਸੀਗੇ ਵਿਚਾਰੇ, ਕਰਦੇ ਪਏ ਤਸਦੀਕ ਕਰਦੇ ਪਏ ਜੋ ਹੁੰਦਾ ਹੈ। ਅਤੇ ਉਹਨਾਂ ਵੱਲੋਂ ਕੋਈ ਨਕਦੀ ਵੀ ਲੈ ਕੇ ਗਏ ਤੁਹਾਡੀ ਲੁੱਟ ਕੇ? ਨਹੀਂ ਜੀ, ਨਕਦੀ ਤਾਂ ਮੇਰੇ ਕੋਲ ਹੈ ਹੀ ਨਹੀਂ। ਮੈਂ ਤਾਂ ਮਿਹਨਤ ਮਜ਼ਦੂਰੀ ਕਰਕੇ ਤਾਂ ਮੈਂ ਆਪਦਾ ਟਾਈਮ ਪਾਸ ਕਰਦੀ ਹਾਂ। ਮੈਂ ਤਾਂ ਜੇ ਮਿਲ ਜਾਏ ਕੰਮ ਤਾਂ ਕਰ ਲਈ, ਤਾਂ ਨਹੀਂ ਤਿੰਨ ਬੈਠੇ ਰਹੀ ਦਾ ਘਰੇ। ਕਿੰਨੇ ਬੰਦੇ ਕੋਲ? ਦੋ ਬੰਦੇ ਆਏ ਸੀਗੇ। ਇੱਕ ਹੁਣੇ ਹੁਣੇ ਨਾ ਇਹ ਜਸਵੀਰ ਕੌਰ ਪਤਨੀ ਗੁਰਚਰਨ ਸਿੰਘ ਨੇ ਦਰਖਾਸਤ ਦਿੱਤੀ ਹੈ। ਮੈਂ ਲਿਖਿਆ ਵੀ ਕੱਲ੍ਹ ਤਿੰਨ ਬੰਦੇ ਆਏ ਸੀ ਜਿਹੜੇ ਇਹ ਜਿਹੜੀ ਆ ਰਿਸ਼ਤਿਆਂ ਦਾ ਕੰਮ ਕਰਦੀ ਹੈ, ਰਿਸ਼ਤੇ ਮਾੜੇ ਮੋਟੇ ਕਰਾਉਂਦੀ ਆ। ਉਹਦੇ ਸੰਬੰਧ 'ਚ ਕਿਸੇ ਮੁੰਦਰੀ ਪਾਤੀ, ਕਿਸੇ ਨੇ ਤੂੰ ਪਾਤੀ। ਕੱਲ੍ਹ ਵੀ ਤਿੰਨ ਜਣੇ ਆਏ, ਕਹਿੰਦੀ ਅੱਜ ਦੋ ਬੰਦੇ ਆਏ ਅਤੇ ਉਹ ਮੇਰੀ ਜਿਹੜੀ ਵਾਲੀ ਮੈਨੂੰ ਘਰ ਆ ਕੇ ਬੈਠ ਕੇ ਮੇਰੀਆਂ ਵਾਲੀਆਂ ਵਗੈਰਾ ਲਾ ਕੇ ਲੈ ਗਏ। ਇਹ ਬੰਦਕ ਬਣਾ ਕੇ ਸਾਰੇ ਲੁੱਟ ਦੀ ਘਟਨਾ ਅੰਜਾਮ ਦਿੱਤਾ ਗਿਆ? ਨਹੀਂ, ਬੰਦਕ ਨਹੀਂ, ਉਹ ਘਰ 'ਚ ਹੀ ਆਰਾਮ ਦਾ ਕੋਈ ਇਹੋ ਜਿਹਾ ਐਸਾ ਰੌਲਾ ਨਹੀਂ। ਉਹਨਾਂ ਆਖਿਆ ਬੈਠ ਜਾ, ਕੱਲ੍ਹ ਵੀ ਉਹ ਬੰਦੇ ਕਹਿੰਦੀ ਆਏ ਸੀ। ਕੋਈ ਸੀਸੀਟੀਵੀ ਵੀਡੀਓ ਆਈ ਹੋਵੇ ਜਾਂ ਕੋਈ ਫੋਟੋ? ਬੰਦਿਆਂ ਦੀ ਸ਼ਨਾਖਤ ਹੋ ਚੁੱਕੀ ਆ, ਜਲਦੀ ਅਰੈਸਟ ਕਰ ਲਿਆ ਜਾਂਦਾ। ਦੇਸ਼ ਦੁਨੀਆ ਤੇ ਕੋਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।